ਯੂਕੇ ਤੋਂ ਸ਼ੁਰੂ ਹੋਏ ਨਵੇਂ ਵਾਇਰਸ ਕਾਰਨ ਜਿੱਥੇ ਪਹਿਲਾਂ ਹੀ ਚਿੰਤਾ ਬਣੀ ਹੋਈ ਹੈ ਉੱਥੇ ਹੀ 24 ਘੰਟਿਆਂ ਦੇ ਵਿੱਚ 41,000 ਮਾਮਲੇ ਦਰਜ ਕੀਤੇ ਗਏ ਨੇ। ਬ੍ਰਿਟੇਨ ਅਤੇ ਸਾਊਥ ਅਫਰੀਕਾ ਦੇ ਵਿੱਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਫਿਨਲੈਂਡ ਦੇ ਵਿੱਚ ਵੀ ਸਾਹਮਣੇ ਆਏ ਨੇ। ਵਿਗਿਆਨੀ ਹੁਣ ਇਹ ਦੇਸ਼ ਦੇ ਵਿੱਚ ਲਾਕਡਾਊਨ ਲਗਾਉਣ ਦੀ ਮੰਗ ਕਰ ਰਹੇ ਨੇ। ਯੂਕੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਇੱਥੇ ਰਿਕਾਰਡ ਤੋੜ ਯਾਨੀ 41,385 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ। ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਹਾਲਾਤ ਵਿਗੜਦੇ ਜਾ ਰਹੇ ਨੇ। ਭਾਰਤ ਸਮੇਤ ਕਈ ਦੇਸ਼ਾਂ ਨੇ ਪਹਿਲਾਂ ਤੋਂ ਹੀ ਸਾਰੇ ਕਿਤੇ ਫਲਾਈਟਾਂ ਤੇ ਰੋਕ ਲਗਾ ਰੱਖੀ ਹੈ। ਉਥੇ ਬ੍ਰਿਟੇਨ ਤੇ ਸਾਊਥ ਅਫਰੀਕਾ ਦੇ ਵਿੱਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਫਿਨਲੈਂਡ ਦੇ ਵਿੱਚ ਵੀ ਸਾਹਮਣੇ ਆਏ ਨੇ। ਬ੍ਰਿਟੇਨ ਦੇ ਵਿੱਚ ਵਾਇਰਸ ਦਾ ਨਵਾਂ ਸਟ੍ਰੇਨ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਗੰਭੀਰ ਹੈ। ਇੱਥੇ ਟੀਅਰ 4 ਦੇ ਪ੍ਰਤੀਬੰਧ ਨੇ ਯਾਨੀ ਗੈਰ ਜ਼ਰੂਰੀ ਦੁਕਾਨਾਂ ਮਨੋਰੰਜਨ ਦੇ ਸਾਧਨ ਪੂਰੀ ਤਰ੍ਹਾਂ ਬੰਦ ਨੇ। ਕੁਝ ਦੇਸ਼ ਟਰੈਵਲ ਬੈਨ ਨੂੰ ਹੋਰ ਸਖ਼ਤ ਕੀਤੇ ਜਾਣ ਦੀ ਮੰਗ ਕਰ ਰਹੇ ਨੇ। ਯੂਕੇ ਦੇ ਵਿਗਿਆਨਿਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਦੇਸ਼ ਦੇ ਵਿੱਚ ਲਾਕਡਾਊਨ ਲਗਾ ਦੇਣਾ ਚਾਹੀਦੈ। ਉਧਰ ਫਰਾਂਸ ਦੇ ਵਿੱਚ ਕੋਰੋਨਾ ਦੇ ਲਈ ਵੈਕਸੀਨੇਸ਼ਨ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਫਾਈਜ਼ਰ ਤੇ ਬਾਇਓਨਟੈਕ ਦੁਆਰਾ ਡਿਵੈਲਪ ਕੋਵਿਡ ਵੈਕਸੀਨ ਦਾ ਪਹਿਲਾ ਡੋਜ਼ 78 ਸਾਲ ਦੇ ਬਜ਼ੁਰਗ ਮਹਿਲਾ ਨੂੰ ਲਗਾਇਆ ਗਿਆ। ਉਹ ਲੰਬੇ ਸਮੇਂ ਤੋਂ ਨਾਰਥ ਪੈਰਿਸ ਦੇ ਇੱਕ ਹਸਪਤਾਲ ਦੀ ਕੇਅਰ ਯੂਨਿਟ ਦਾ ਹਿੱਸਾ ਸੀ। ਵੈਕਸੀਨ ਲੱਗਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਸਾਊਥ ਅਫਰੀਕਾ ਦੇ ਵਿੱਚ ਕੋਰੋਨਾ ਦੇ ਮਾਮਲੇ 10 ਲੱਖ ਦੇ ਪਾਰ ਪਹੁੰਚ ਗਏ ਨੇ। ਵਾਇਰਸ ਦੇ ਨਵੇਂ ਸਟ੍ਰੇਨ ਦੀ ਵਜ੍ਹਾ ਨਾਲ ਇੱਥੇ ਕੋਵਿਡ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਹੁਣ ਤੱਕ 10,04,431 ਲੋਕ ਕੋਰੋਨਾ ਦੇ ਨਾਲ ਸੰਕਰਮਿਤ ਹੋ ਚੁੱਕੇ ਨੇ, ਜਦਕਿ 26,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਜ਼ਰਾਈਲ ਦੇ ਵਿੱਚ ਤੀਜੀ ਵਾਰ ਲਾਕਡਾਊਨ ਨੂੰ ਵਧਾਇਆ ਗਿਆ। ਨਿਊ ਏਜੰਸੀ ਮੁਤਾਬਕ ਵੈਕਸੀਨੇਸ਼ਨ ਸ਼ੁਰੂ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਐਤਵਾਰ ਤੋਂ ਨੇਸ਼ਨ ਵਾਈਡ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਘੱਟੋ ਘੱਟ 2 ਹਫ਼ਤਿਆਂ ਤੱਕ ਚੱਲੇਗਾ। ਇਸ ਦੇ ਵਿੱਚ ਸ਼ਾਮਿਲ 5 ਵਜੇ ਤੋਂ ਬਾਅਦ ਜ਼ਰੂਰੀ ਕੰਮਾਂ ਵਿੱਚ ਲੱਗੇ ਵਰਕਰਾਂ ਨੂੰ ਛੱਡ ਕੇ ਲੋਕਾਂ ਨੂੰ ਆਪਣੇ ਘਰ ਤੋਂ 1,000 ਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਰੈਸਟੋਰੈਂਟ ਤੇ ਦੁਕਾਨਾਂ ਤੋਂ ਸਿਰਫ ਹੋਮ ਡਿਲੀਵਰੀ ਹੀ ਕੀਤੀ ਜਾਏਗੀ। ਬ੍ਰਾਜ਼ੀਲ ਦੇ ਵਾਈਸ ਪ੍ਰੈਜ਼ੀਡੈਂਟ ਹੈਮਿਲਟਨ ਮਾਉਰਾਵੋ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਐਤਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅਰ ਬੋਲਸੋਨਾਰੋ ਜੁਲਾਈ ਦੇ ਵਿੱਚ ਕੋਰੋਨਾ ਦੇ ਨਾਲ ਸੰਕਰਮਿਤ ਹੋ ਗਏ ਸੀ। ਸਾਊਥ ਕੋਰੀਆ ਦੇ ਵਿੱਚ ਕੋਰੋਨਾ ਦੇ ਰੂਪ ਦੇ ਕੇਸ ਸਾਹਮਣੇ ਆਏ ਨੇ। ਕੋਰੀਆ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਏਜੰਸੀ ਦੇ ਮੁਤਾਬਕ 22 ਦਸੰਬਰ ਨੂੰ ਬ੍ਰਿਟੇਨ ਤੋਂ ਵਾਪਸ ਪਰਤੇ 3 ਲੋਕਾਂ ਦੀ ਜਾਂਚ ਕੀਤੀ ਗਈ। ਟੈਸਟ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ। ਦੱਸ ਦਈਏ ਕਿ ਦੇਸ਼ ਦੇ ਵਿੱਚ 23 ਦਸੰਬਰ ਨੂੰ ਯੂਕੇ ਦੀ ਫਲਾਈਟ ਤੇ ਰੋਕ ਲਗਾ ਦਿੱਤੀ ਸੀ। ਕੈਨੇਡਾ ਦੇ ਵਿੱਚ ਵੀ ਯੂਕੇ ਦੀਆਂ ਫਲਾਈਟਾਂ ਅਜੇ ਤੱਕ ਨਹੀਂ ਚੱਲ ਰਹੀਆਂ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।